ਗੁਰਦੁਆਰਾ ਮਾਡਲ ਟਾਊਨ ਬਾਬਾ ਦੀਪ ਸਿੰਘ ਦੀ ਗੁਰਦੁਆਰਾ ਕਮੇਟੀ ਨੇ ਦੱਸਿਆ ਕਿ ਵੀਰਵਾਰ ਯਾਨੀ ਕਿ 24 ਜਨਵਰੀ ਨੂੰ ਪ੍ਰਕਾਸ਼ ਪੁਰਬ ਦੇ ਮੌਕੇ ਤੇ ਮਹਾਨਗਰ ਕੀਰਤਨ ਕੱਢਿਆ ਜਾਵੇਗਾ। ਇਸ ਮੌਕੇ ਤੇ ਬਾਬਾ ਜੀਤ ਸਿੰਘ ਨੇ ਦੱਸਿਆ ਕਿ ਨਗਰ ਕੀਰਤਨ 1 ਵਜੇ ਸ਼ੁਰੂ ਹੋ ਕੇ ਮਾਡਲ ਟਾਊਨ ਅਸ਼ਮੀਤ ਚੌਂਕ ਗੁਰੂ ਤੇਗ ਬਹਾਦਰ ਹਸਪੀਟਲ ਰੋਡ ਮਾਡਲ ਟਾਊਨ ਮਾਰਕੀਟ ਤੋਂ ਹੁੰਦੇ ਹੋਏ ਗੁਰਦੁਆਰੇ ਵਿੱਚ ਸਮਾਪਤ ਹੋਵੇਗਾ। ਦੱਸ ਦਈਏ ਕਿ ਇਸ ਕੀਰਤਨ ਦੇ ਵਿੱਚ ਹਾਥੀ ਘੋੜੇ ਅਤੇ ਸਕੂਲੀ ਬੱਚੇ ਵੀ ਹਿੱਸਾ ਲੈਣਗੇ। ਡੁੱਲੇ ਜਦ ਖੂਨ ਸ਼ਹੀਦਾਂ ਦਾ ਤਕਦੀਰ ਬਦਲਦੀ ਕੌਮਾਂ ਦੀ ਰੰਬੀਆਂ ਨਾਲ ਖੋਪਰ ਲਹਿੰਦੇ ਜਾਂ ਤਸਵੀਰ ਬਦਲਦੀ ਕੌਮਾਂ ਦੀ ਅਦੁੱਤੀ ਸ਼ਹਾਦਤ ਦੇ ਮਾਲਕ ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਜਿਨ੍ਹਾਂ ਦਾ ਆਗਮਨ ਪੁਰਬ 27 ਤਰੀਕ ਨੂੰ ਹੈ। ਸ਼ਹੀਦ ਬਾਬਾ ਮੈਮੋਰੀਅਲ ਚੈਰੀਟੇਬਲ ਟਰੱਸਟ ਵੱਲੋਂ ਉਹਨਾਂ ਦੇ ਆਗਮਨ ਪੁਰਬ ਦੇ ਸੰਬੰਧ ਦੇ ਵਿੱਚ 24 ਅਤੇ 26 ਤਰੀਕ ਨੂੰ ਮਨਾਉਣ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ। 24 ਤਰੀਕ ਨੂੰ ਬਾਅਦ ਦੁਪਹਿਰ 1 ਵਜੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਇੱਕ ਅਲੌਕਿਕ ਨਗਰ ਕੀਰਤਨ ਗੁਰਦੁਆਰਾ ਸਾਹਿਬ ਤੋਂ ਪ੍ਰਾਰੰਭ ਹੋਵੇਗਾ, ਜਿਹੜਾ ਗੁਰੂ ਤੇਗ ਬਹਾਦਰ ਹਸਪਤਾਲ ਮਿੰਟ ਕੁੰਬਰੀ ਚੌਂਕ ਗੁਲਾਟੀ ਚੌਂਕ ਗੁਰਦੁਆਰਾ ਸਿੰਘ ਸਭਾ ਓਲਡ ਪੋਸਟ ਆਫਿਸ ਤੋਂ ਹੁੰਦਾ ਹੋਇਆ ਗੁਰਦੁਆਰਾ ਸ਼ਹੀਦਾਂ ਰੋਡ ਤੋਂ ਆਉਂਦਾ ਹੋਇਆ ਚਾਰ ਖੰਬਾ ਰੋਡ ਤੋਂ ਮੇਨ ਰੋਡ ਤੋਂ ਆ ਕੇ ਗੁਰਦੁਆਰਾ ਸਾਹਿਬ ਵਿੱਚ ਸ਼ਾਮ ਨੂੰ 7 ਵਜੇ ਸਮਾਪਤ ਹੋਵੇਗਾ। ਉਹ ਜਿਹੜਾ ਨਗਰ ਕੀਰਤਨ ਹੈ ਉਸਦਾ ਇੱਕ ਅਲੌਕਿਕ ਨਜ਼ਾਰਾ ਹੋਵੇਗਾ ਜਿਹੜਾ ਦੇਖਣਯੋਗ ਹੋਵੇਗਾ, ਜਿਸ ਦੇ ਵਿੱਚ ਬੈਂਡ ਵਾਜੇ ਗੱਤਕਾ ਪਾਰਟੀਆਂ ਹਾਥੀ ਘੋੜੇ ਊਠ ਆਦਿ ਜਿਹੜੇ ਆ ਸ਼ਬਦੀ ਜਥੇ ਸਕੂਲੀ ਬੱਚੇ ਬਾਵਰਦੀ ਮਾਰਚ ਕਰਨਗੇ। ਇਹ ਸਾਰਾ ਹੀ ਅਲੌਕਿਕ ਨਜ਼ਾਰਾ ਇੱਕ ਬਹੁਤ ਹੀ ਵੱਖਰੇ ਅੰਦਾਜ਼ ਦੇ ਵਿੱਚ ਹੋਵੇਗਾ। ਸੰਗਤਾਂ ਨੂੰ ਸਿਰਫ ਬੇਨਤੀ ਹੈ ਕਿ 24 ਤਰੀਕ ਨੂੰ ਬਾਅਦ ਦੁਪਹਿਰ ਨਿਕਲ ਰਹੇ ਨਗਰ ਕੀਰਤਨ ਵਿੱਚ ਸ਼ਮੂਲੀਅਤ ਕਰਕੇ ਜਿੱਥੇ ਆਪ ਸੰਗਤਾਂ ਨੇ ਧੰਨ ਧੰਨ ਬਾਬਾ ਦੀਪ ਸਿੰਘ ਨੂੰ ਸ਼ਰਧਾ ਸਤਿਕਾਰ ਭੇਟ ਕਰਨਾ, ਉੱਥੇ 26 ਤਰੀਕ ਨੂੰ ਸਵੇਰੇ ਅੰਮ੍ਰਿਤ ਵੇਲੇ 5:30 ਵਜੇ ਤੋਂ ਲੈ ਕੇ 6:30 ਵਜੇ ਤੱਕ ਸ਼੍ਰੀ ਸੁਖਮਨੀ ਸਾਹਿਬ ਦੇ ਪਾਠ ਸੰਗਤਾਂ ਆਪ ਰਲ ਮਿਲ ਬੈਠ ਕੇ ਕਰਨਗੀਆਂ, ਉਪਰੰਤ ਗੁਰੂ ਬਖਸ਼ੇ ਗੁਰੂ ਕਿਰਨਗੇ ਵਰਤਾਏ ਜਾਣਗੇ। ਦੁਪਹਿਰ ਦੇ ਪ੍ਰੋਗਰਾਮ ਸੁਖਮਨੀ ਸਾਹਿਬ ਦੇ ਪਾਠ ਸੰਗਤਾਂ ਰਲ ਮਿਲ ਕੇ ਕਰਨਗੀਆਂ, ਲੰਗਰ ਅਤੁੱਟ ਵਰਤੇਗਾ। ਰਾਤ ਨੂੰ ਇੱਕ ਮਹਾਨ ਗੁਰਮਤਿ ਸਮਾਗਮ ਜਿਹੜਾ ਉਹ ਖੁੱਲ੍ਹੇ ਪੰਡਾਲ ਵਿੱਚ 26 ਤਰੀਕ ਨੂੰ ਬਾਹਰ ਕੀਤਾ ਜਾ ਰਿਹਾ। ਲੁਧਿਆਣਾ ਤੋਂ ਵਿਕਾਸ ਬਾਂਬਲੀ ਦੀ ਸਪੈਸ਼ਲ ਰਿਪੋਰਟ ਦੇ ਨਾਲ ਬਿਊਰੋ ਰਿਪੋਰਟ ਦਾ ਟੀਵੀ NRI।